ਪੰਜਾਬੀਆਂ ਨੂੰ ਪਿਛਲੇ ਕਈ ਸਾਲਾਂ 'ਚ 2-4 ਸਾਲ ਦੇਖਿਆ ਕਿ ਕਾਂਗਰਸ ਨੇ ਪੋਲੀਟਿਕਸ ਖੇਡਦੇ ਹੋਏ ਜੇ ਟਾਰਗੇਟ ਕਰਨਾ ਸੀ ਸਾਨੂੰ ਕਰ ਲੈਂਦੇ, ਸੁਖਬੀਰ ਬਾਦਲ ਨੂੰ ਕਰ ਲੈਂਦੇ, ਅਕਾਲੀ ਦਲ ਨੂੰ ਕਰ ਲੈਂਦੇ, ਉਹਨਾਂ ਨੇ ਟਾਰਗੇਟ ਪੰਜਾਬ ਨੂੰ ਕੀਤਾ ਅਤੇ ਪੰਜਾਬੀ ਨੂੰ ਕੀਤਾ। ਜਿਹੜੀ ਸਟੇਟ ਨੰਬਰ 1 ਹੈ ਅਤੇ ਆਲਵੇਜ਼ ਦਾ ਬੈਸਟ ਹੈ ਉਹਨੂੰ ਇੰਨਾ ਬਦਨਾਮ ਕਰਤਾ ਫੋਰ ਦੇਅਰ ਓਨ ਪੋਲੀਟੀਕਲ ਗੇਮਸ, ਰੀਸਟਰ ਪੁਆਇੰਟ ਕਿ ਬਾਹਰ ਜੋ ਜਾਈਦਾ ਹੈ ਉਦੋਂ ਲੋਕਾਂ ਦੇ ਮਨ 'ਚ ਐਂ ਪਾਤਾ ਕਿ ਜਿਵੇਂ ਸਾਰੇ ਪੰਜਾਬੀ ਡਰੱਗ ਡਿਕਟ ਹੈ, ਬੈਂਕਰਪਟ ਹੈ ਸਟੇਟ ਹੈ ਅਤੇ ਇਹਦੇ 'ਚ ਕੋਈ ਡਿਵੈਲਪਮੈਂਟ ਨਹੀਂ, ਸਾਰਾ ਕੁਛ ਹੈ। ਐਂਡ ਇੰਨਾ ਪ੍ਰਚਾਰ ਕਰਤਾ ਕਿ ਆਪਣੇ ਲੋਕ ਵੀ ਸਟੇਟ ਸਮਝਣ ਲੱਗ ਗਏ। ਸੋ ਆਈ ਸੈਡ ਵੀ ਆਈ ਨੀਡ ਟੂ ਪੁੱਟ ਦ ਹੋਲ ਸਿਚੁਏਸ਼ਨ ਇਨ ਪਰਸਪੈਕਟਿਵ ਐਂਡ ਦਿਸ ਇਜ਼ 1.5 ਆਵਰ ਪ੍ਰਜੈਂਟੇਸ਼ਨ ਆਫ ਐਕਚੁਅਲ ਵਟ ਪੰਜਾਬ ਇਜ਼ ਐਂਡ ਜਿਹੜੀਆਂ ਪੰਜਾਬ ਦੀ ਪਰਸੈਪਸ਼ਨ ਸੀ ਉਹ ਪਰਸੈਪਸ਼ਨ ਪਹਿਲਾਂ ਮੈਂ ਦੱਸਿਆ ਕਿ ਤੁਹਾਡੀ ਪਰਸੈਪਸ਼ਨ ਹੈ ਤੁਸੀਂ ਬੈਂਕਰਪਟ ਹੋ, ਨੋ ਗਵਰਨੈਂਸ ਹੈ, ਰੋਡ ਅਤੇ ਇਨਫਰਾਸਟਰਕਚਰ ਹੈ ਨਹੀਂ, ਆਪਣਾ ਜਿਹੜਾ ਡਰੱਗ ਪ੍ਰੋਬਲਮ ਹੈ ਸਾਰੀ। ਸੋ ਪਰਸੈਪਸ਼ਨ ਨੋਟ ਡਾਊਨ ਕਰਕੇ ਦੈਨ ਆਈ ਐਕਸਪਲੇਨਡ ਐਵਰੀ ਰਿਐਲਿਟੀ ਔਫ ਐਵਰੀ ਪਰਸੈਪਸ਼ਨ ਟੂ ਵਟ ਐਕਚੁਅਲੀ ਇਜ਼। ਸੋ ਦੈਟ ਇਜ਼ ਦ ਹੋਲ ਨੇਮ ਆਫ ਦਿਸ ਹੋਲ ਗੇਮ। ਆਈ ਰਿਅਲਾਈਜ਼ਡ ਅਸੀਂ ਦੈਟ ਦੇਅਰ ਆਰ ਇਫੈਕਟ ਪੰਜਾਬੀਆਂ ਦੇ ਹੋਣ ਲੱਗ ਗਿਆ। When I went to Bombay, when I went to other parts of the country, people started thinking we are drug addicts. People started thinking it's a bankrupt state. I will give you data. Je karje di gal kiti hai, I'll give you one slide which will show you to give the data. We are apna karja da ghat kadya, dujiya statean da apno jyada vadhya. Okay, duji gal. When I went there, people their reaction, kyunki inna unhone ਕਰ ਕਰਕੇ ਤੁਸੀਂ ਦੇਖੋ 70% ਆਪਣੇ ਯੂਥ ਡਰੱਗ 'ਚ ਹੁਣ ਐਮ ਬੈਠੇ ਹਾਂ, ਤੁਸੀਂ ਵੀ ਸਾਰੇ ਯੂਥ ਹੀ ਹੋ, ਤੁਹਾਡੇ 'ਚੋਂ ਕਿੰਨਾ ਕੋਈ ਕੌਣ ਲੈਂਦਾ ਡਰੱਗਸ? ਆਪਾਂ ਐਨੀ ਬਦਨਾਮ ਸੀ, ਆਈ ਐਮ ਹੇਅਰ, ਇਟਸ ਨੋਟ ਅ ਪੋਲੀਟੀਕਲ ਸਟੇਟਮੈਂਟ ਹੇਅਰ। ਦ ਰੀਜ਼ਨ ਆਈ ਕੇਮ ਮੇਰਾ ਸਟਾਰਟਡ ਮਾਈ ਸਪੀਚ ਵਿਦ ਸੇਇੰਗ ਆਈ ਐਮ ਨੋਟ ਹੇਅਰ ਟੂ ਕ੍ਰਿਟੀਸਾਈਜ਼ ਐਨੀਬਡੀ, ਦਿਸ ਇਜ਼ ਨੋਟ ਅ ਪੰਜਾਬ ਗਵਰਨਮੈਂਟ ਪੀ ਆਰ ਐਕਸਰਸਾਈਜ਼, ਦਿਸ ਇਜ਼ ਨੋਟ ਅ ਪ੍ਰਮੋਸ਼ਨ ਆਫ ਐਨੀ ਇੰਡੀਵਿਜੁਅਲ ਐਨੀਥਿੰਗ। ਆਈ ਐਮ ਕਮ ਹੇਅਰ ਬਿਕੋਜ਼ ਆਈ ਹੈਵ ਰਿਅਲਾਈਜ਼ਡ that people have started thinking themselves ki enna prachar ho gaya ki started thinking that we are the worst. So I wanted to put the perspective right, that was my maksad. Trust deficit is there, that you admit? Trust deficit has been created, even though it is created. The reason I'm saying I started off with that only, that it has been created. Actual facts, my whole argument is perception is different from reality. This is my whole theme of mine. This is the one way you are want to get rid of that. What other way? I mean, this is the one way you have been coming to the people through youth. What other way you will? So what happens is I am going to go now to every college, every university, every organization in the next 1 year and showcasing what actual perception, difference between perception and reality. And I had an open question answer session. I asked them, you can ask me any question, I am ready to answer. First of all, apan ho gaye 3-4 ਮਹੀਨੇ ਹੋਏ ਗਵਰਨਮੈਂਟ ਬਦਲੀ ਨੂੰ, ਨਿਊ ਗਵਰਨਮੈਂਟ ਨਹੀਂ 8 ਮਹੀਨੇ ਚਾਹੇ 7-8 ਹੋ ਗਏ, ਬਾਕੀ ਇਲੈਕਸ਼ਨ ਉਲੈਕਸ਼ਨ ਵਿੱਚ ਹੀ ਚੱਲਦੇ ਰਹਿੰਦੇ ਆ। 18,000 ਕਰੋੜ ਦੀਆਂ ਸੜਕਾਂ ਆਈਆਂ ਕਿਤੇ ਪਹਿਲੇ ਆਈਆਂ, 1,000 ਕਰੋੜ ਰੁਪਏ ਉਹਨਾਂ ਨੇ ਖਾਣਿਆਂ ਵਾਸਤੇ ਦਿੱਤਾ ਜਿੱਥੇ ਪਹਿਲੇ ਕਿਤੇ ਨਹੀਂ ਆਇਆ। ਆਹ ਰੇਤਾ ਬਜਰੀ ਦੀ ਜਿਹੜੀਆਂ ਫਾਈਲਾਂ ਆਪਣੀਆਂ ਮਾਈਨਸ ਜਿਹੜੀਆਂ 5 ਸਾਲ ਨੇ ਉਹਨਾਂ ਨੇ ਕਲੀਅਰ ਕੀਤੀ ਇਨਵਾਇਰਮੈਂਟ ਦੇ, 100 ਮਾਈਨਸ ਤਾਂ ਹੁਣ ਕਲੀਅਰ ਕਰਤੀਆਂ, ਨਦਰ 100 ਅਗਲੇ ਹਫ਼ਤੇ ਜੋ ਜਾਣੀਆਂ। The way they are taking decisions, they are moving very fast. ਅਸੀਂ 5 ਸਾਲ ਪਿਛਲੇ 5-7 ਸਾਲ ਖਰਾਬ ਕਰਤੇ ਗਵਰਨਮੈਂਟ ਆਫ ਇੰਡੀਆ ਦੀ ਬਿਕੋਜ਼ ਆਫ ਐਂਟੀ ਪੰਜਾਬ ਐਟੀਟਿਊਡ। So now you are happy with the central government? I think they are, ਤੁਹਾਡੇ ਸਾਹਮਣੇ, the results are speaking for itself. ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਵਿਦਨ ਮਿੰਟਸ ਆਈ ਹੈਵ ਬਾਈਪਾਸ ਆਪਣਾ ਅੰਮ੍ਰਿਤਸਰ ਦਾ, 250 ਕਰੋੜ ਦਾ ਇਨਕਰੀਜ਼ ਦਾ ਫਲਾਈਓਵਰ ਸਾਰੇ ਬਣਨਾ ਕਲੀਅਰ ਕਰਤਾ। ਤੁਹਾਡੇ ਜੋ ਤੁਸੀਂ ਤਰਨ ਤਾਰਨ ਰੋਡ 'ਤੇ ਜਿਹੜਾ ਰੋਡ ਸੀ ਉਹ ਵੀ ਉਹਨਾਂ ਨੇ ਹੁਣੀ 500 ਕਰੋੜ ਦਾ ਫਲਾਈਓਵਰ ਹੈ ਸਾਰਾ, ਦੇ ਹੈਵ ਗਿਵਨ ਇਟ ਨਾਓ, ਇਸ ਕੰਸਟਰਕਸ਼ਨ ਇਜ਼ ਗੋਇੰਗ ਟੂ ਸਟਾਰਟ। ਅੰਮ੍ਰਿਤਸਰ ਸ਼ਹਿਰ ਵਾਸਤੇ ਦੇ ਹੈਵ ਜਸਟ ਗਿਵਨ 70 ਕਰੋੜ 2-3 ਡੇਜ਼ ਬੈਕ ਫੋਰ ਹੈਰੀਟੇਜ ਆਪਣੀ ਉਹਦੇ ਸਿਟੀ ਵਾਸਤੇ, ਪਲੱਸ ਉਹਨਾਂ ਨੇ ਜਿਹੜਾ 50 ਕਰੋੜ ਰੁਪਇਆ IIM ਦੇ ਦਾ। ਸੋ ਯੂ ਨੋ ਯੂ ਸੀ ਦ ਡਿਫਰੈਂਸ, ਇਟਸ ਮੂਵਿੰਗ ਸੋ ਫਾਸਟ, ਪਹਿਲੇ ਤੁਸੀਂ ਸੁਣਦੇ ਨਹੀਂ ਹੁੰਦੇ ਸੀ।
Thank you, sir. Now I request the worthy Vice Chancellor to honor the